ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੀਤੇ ਦਿਨੀ ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਉਸ ਦੇ ਪਤੀ ਨੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਮੂਸਾ ਪਿੰਡ ਵਿਖੇ ਸ਼ਿਰਕਤ ਕੀਤੀ। ਇਸ ਦੌਰਾਨ ਅਫਸਾਨਾ ਖਾਨ ਅਤੇ ਸਾਜ ਨੇ ਸਿੱਧੂ ਮੂਸੇਵਾਲੇ ਦੇ ਨਵੇਂ ਬੁੱਤ ਨੂੰ ਦੇਖਿਆ, ਜਿਸ ਤੋਂ ਬਾਅਦ ਉਹ ਦੋਨੋਂ ਕਾਫੀ ਭਾਵੁਕ ਹੋ ਗਏ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਦੇ ਬੁੱਤ ਦੇ ਹੱਥ ਨੂੰ ਛੂੰਹਦੀ ਹੈ ਤੇ ਬੁੱਤ ਨੂੰ ਦੇਖ ਕੇ ਕਾਫੀ ਹੈਰਾਨ ਹੋ ਜਾਂਦੀ ਹੈ। ਇਸ ਦੌਰਾਨ ਸਾਜ ਵੀ ਬੁੱਤ ਨੂੰ ਕਾਫੀ ਕਰੀਬ ਤੋਂ ਦੇਖਦੇ ਹਨ ਅਤੇ ਦੋਵੇਂ ਬੁੱਤ ਦੇ ਆਸੇ ਪਾਸੇ ਖੜ ਜਾਂਦੇ ਹਨ ਤੇ ਫਿਰ ਬੁੱਤ ਦੇ ਨਾਲ ਕਾਫੀ ਤਸਵੀਰਾਂ ਵੀ ਖਿਚਵਾਉਂਦੇ ਹਨ। ਉੱਥੇ ਹੀ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਵੀ ਅਫਸਾਨਾ ਖਾਨ ਨਾਲ ਇਸ ਬੁੱਤ ਬਾਰੇ ਡਿਸਕਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਕਦੇ ਉਹ ਸਿੱਧੂ ਦੇ ਕੋਲਰਸ ਨੂੰ ਦੇਖਦੇ ਹਨ, ਕਦੇ ਉਂਗਲੀਆਂ ਨੂੰ ਦੇਖਦੇ ਹਨ ਅਤੇ ਕਦੇ ਹੱਥ ਦੀਆਂ ਨਾੜਾਂ ਨੂੰ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਦੇਖ ਕੇ ਹਰ ਕੋਈ ਭਾਵਕ ਹੋ ਜਾਂਦਾ ਹੈ, ਕਿਉਂਕਿ ਇਹ ਬੁੱਤ ਇੰਜ ਜਾਪਦਾ ਹੈ ਜਿਵੇਂ ਅਸਲ ਦੇ ਵਿੱਚ ਸਿੱਧੂ ਮੂਸੇਵਾਲਾ ਸਾਡੇ ਸਾਹਮਣੇ ਖੜਾ ਹੋਵੇ। ਬਸ ਉਸ ਦੇ ਵਿੱਚ ਇੱਕ ਜਾਨ ਪਾਉਣੀ ਹੀ ਬਾਕੀ ਹੈ। ਤੁਹਾਨੂੰ ਦੱਸ ਦਈਏ ਕਿ ਸਿੱਧੂ ਦੇ ਇਸ ਬੁੱਤ ਨੂੰ 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮੌਕੇ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਸੀ। ਲੋਕ ਸਿੱਧੂ ਦਾ ਬੁੱਤ ਦੇਖ ਕੇ ਕਾਫੀ ਜ਼ਿਆਦਾ ਭਾਵੁਕ ਹੋ ਗਏ ਸਨ। ਉੱਥੇ ਹੀ ਅੱਜ ਸਿੱਧੂ ਮੂਸੇਵਾਲੇ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ ਵੀ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੀ। ਬਾਕੀ ਤੁਹਾਡਾ ਇਸ ਸਭ ਬਾਰੇ ਕੀ ਕਹਿਣਾ ਹੈ, ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ।